ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਸ਼ੁਰੂਆਤ ਕਰਦੇ ਹਾਂ ਪੰਜਾਬੀ 뮤직 ਇੰਡਸਟਰੀ ਤੋਂ ਹੀ ਸਿੱਧੂ ਮੂਸੇਵਾਲਾ ਕਰਨ ਔਜਲਾ ਦਲਜੀਤ ਦੋਸਾਂ ਅਰਨੇਤ ਕੋਰ ਵਾਲਾ ਮਾਨ ਤੇ ਦੋਸਤੋ ਇੱਕ ਦੋ ਹੋਰ ਨਾਸਤਾਰਾਂ ਦਾ ਆਪਾਂ ਬਾਹਰੂ ਵਾਰੀ ਜ਼ਿਕਰ ਕਰਾਂਗੇ ਤੇ ਦੋਸਤੋ ਸ਼ੁਰੂਆਤ ਸਿੱਧੂ ਤੋਂ ਹੀ ਕਰਨਾ ਚਾਹਾਂਗੇ ਕੈਲਾਬੂਸ ਗਾਣਾ ਬਹੁਤ ਹੀ ਜ਼ਿਆਦਾ ਦੋਸਤੋ ਇਸ ਦੀ ਹਾਈਪ ਸੀ ਤੇ ਹਾਈਪ ਤੇ ਖਰਾਬੀ ਉਤਰਿਆ ਹੈ ਸਾਰੇ ਲੋਕਾਂ ਨੇ ਹੀ ਲਗਭਗ ਇਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਪਰ ਦੋਸਤੋ ਇਸ ਗਾਣੇ ਦੇ ਬੜੇ ਹੀ ਅਹਿਮ ਵਿਵਾਦ ਹੋਏ ਹਨ ਪਹਿਲਾ ਵਿਵਾਦ ਇਹ ਹੈ ਕਿ ਦੋਸਤੋ ਪਹਿਲੇ 4-5 ਘੰਟਿਆਂ ਵਿੱਚ ਹੀ ਇਹ ਗਾਣਾ ਟ੍ਰੈਂਡਿੰਗ ਲਿਸਟ ਵਿੱਚ ਆ ਚੁੱਕਾ ਸੀ ਪੰਜਾਬੀ ਤੇ ਦੋਸਤੋ ਦੂਸਰੇ ਨੰਬਰ ਤੇ ਟ੍ਰੈਂਡ ਕਰ ਰਿਹਾ ਸੀ ਪਰ ਉਸ ਤੋਂ ਬਾਅਦ ਸ਼ਾਇਦ YouTube ਨੇ ਇਸ ਨੂੰ ਟ੍ਰੈਂਡਿੰਗ ਲਿਸਟ ਵਿੱਚੋਂ ਹੇਠਾਂ ਕਰ ਦਿੱਤਾ ਮੇਰੀ ਟੈਂਟਾ ਦੀ ਐਡਿਟੀ ਹੋਈ ਪਈ ਐ ਪਤਾ ਨਹੀਂ ਤਲਾਸ਼ੀ ਵਿੱਚੋਂ ਕੀ ਲੱਭ ਜੇ ਪਹਿਲੀ ਗੱਲ ਦੋਸਤੋ ਇਸ ਬਾਰੇ ਇਹ ਵੀ ਹੈ ਕਿ ਸਿੱਧੂ ਇਕੱਲਾ ਹੀ ਆਰਟਿਸਟ ਨਹੀਂ ਹੈ ਜਿਸ ਨਾਲ YouTube ਨੇ ਇਦਾਂ ਕੀਤਾ ਹੈ ਕੈਰੀ ਮਿਨਾਤੀ ਅਸ਼ੀਸ਼ ਚੰਚਲਾਨੀ ਇਹਨਾਂ ਨਾਲ ਵੀ ਦੋਸਤੋ ਇਦਾਂ ਕਈ ਵਾਰ ਹੋਇਆ ਹੈ ਹਾਲਾਂਕਿ ਦੋਸਤੋ ਉਹ ਟਵਿੱਟਰ ਤੇ ਸਪੈਸ਼ਲ YouTube ਨੂੰ ਟੈਗ ਕਰਦੇ ਹੋਏ ਕਹਿ ਦਿੰਦੇ ਹਨ ਕਿ ਹਾਂ ਮੇਰੀ ਵੀਡੀਓ ਟ੍ਰੈਂਡਿੰਗ ਲਿਸਟ ਵਿੱਚ ਤੁਸੀਂ ਕਿਉਂ ਲਾ ਦਿੱਤੀ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਹੈ ਦੋਸਤੋ ਉਸ ਦੀ ਟੀਮ ਜਾਂ ਉਹ ਖੁਦ ਟਵਿੱਟਰ ਤੇ ਟਵੀਟ ਕਰਕੇ YouTube ਦੀ ਨਿਗਰਾਨੀ ਵਿੱਚ ਲਿਆ ਦਿੰਦੇ ਹਨ ਪਰ ਦੋਸਤੋ ਸ਼ਾਇਦ ਸਿੱਧੂ ਨੇ ਅਜਿਹਾ ਨਹੀਂ ਕੀਤਾ ਤੇ ਦੋਸਤੋ ਦੂਸਰੀ ਇਸ ਬਾਰੇ ਬੜੀ ਹੀ ਅਹਿਮ ਗੱਲ ਇਹ ਵੀ ਹੈ ਕਿ ਦੇ ਲਗਾਤਾਰ ਗਾਣੇ ਆ ਰਹੇ ਹਨ ਇਸ ਕਰਕੇ ਵੀ ਹੋ ਜਾਂਦਾ ਹੈ ਕਿ 4-5 ਤੋਂ ਜ਼ਿਆਦਾ ਵੀਡੀਓਜ਼ ਇੱਕੋ ਹੀ ਚੈਨਲ ਦੀਆਂ ਇੱਕੋ ਹੀ ਆਰਟਿਸਟ ਦੀਆਂ YouTube ਟ੍ਰੈਂਡਿੰਗ ਲਿਸਟ ਵਿੱਚ ਨਹੀਂ ਰਹਿ ਸਕਦੀਆਂ ਪਰ ਦੋਸਤ ਦਰਸਲ ਇੱਥੇ ਗੱਲ ਇਹ ਸੀ ਕਿ ਪਹਿਲਾਂ ਤਾਂ ਇੱਕ ਵਾਰੀ ਇਹ ਟ੍ਰੈਂਡਿੰਗ ਲਿਸਟ ਵਿੱਚ ਆ ਗਈ ਸੀ ਦੂਸਰੇ ਨੰਬਰ ਤੇ ਵੀਡੀਓ ਵਿਰਾਜ਼ਮਾਨ ਹੋ ਗਈ ਸੀ ਪਰ ਉਸ ਤੋਂ ਬਾਅਦ ਇਦਾਂ ਕਰਨਾ ਥੋੜੀ ਜਿਹੀ ਦੋਸਤੋ ਗੜਬੜਤਾ ਚੱਲ ਰਹੀ ਹੈ ਹਾਲਾਂਕਿ ਦੋਸਤੋ ਇਸ ਗਾਣੇ ਦਾ ਟੀਜ਼ਰ ਆਲਰੇਡੀ ਟ੍ਰੈਂਡਿੰਗ ਲਿਸਟ ਵਿੱਚ ਵਿਰਾਜ਼ਮਾਨ ਹੈ ਸੋ ਦੋਸਤੋ ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ ਜਾਂ ਤਾਂ ਇੱਕੋ ਆਰਟਿਸਟ ਦੀਆਂ ਬਹੁਤ ਜ਼ਿਆਦਾ ਵੀਡੀਓ ਟ੍ਰੈਂਡਿੰਗ ਲਿਸਟ ਵਿੱਚ ਹੋਣ। ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਸਿੱਟ ਗਾਣਾ ਇਨਵਿੰਸੀਬਲ ਗਾਣਾ ਬਲਟ ਡਿਫਰੈਂਟ ਕੈਲਬੂਸ ਦਾ ਟੀਜ਼ਰ ਇਹ ਚਾਰ ਪੰਜ ਵੀਡੀਓ ਆਲਰੇਡੀ ਟ੍ਰੈਂਡਿੰਗ ਫਾਰ 뮤직 ਵਿੱਚ ਟ੍ਰੈਂਡ ਕਰ ਰਹੀਆਂ ਨੇ। ਸੋ ਦੋਸਤੋ ਇਹ ਵੀ ਇੱਕ ਕਾਰਨ ਹੋ ਸਕਦਾ ਹੈ। YouTube ਨੇ ਟ੍ਰੈਂਡਿੰਗ ਲਿਸਟ ਵਿੱਚੋਂ ਹੇਠਾਂ ਹਲਾ ਦਿੱਤੀ ਉਸ ਦੀ ਕੋਈ ਖੁੱਦ ਦੀ ਵੀ ਟੈਕਨੀਕਲ ਰੀਜ਼ਨ ਹੋ ਸਕਦਾ ਹੈ। ਸੋ ਦੋਸਤੋ ਇੱਦਾਂ ਕੋਈ ਚੱਕਰ ਨਹੀਂ ਪਹਿਲਾਂ ਵੀ ਵੱਡੇ ਵੱਡੇ ਯੂਟਿਊਬਰ 30 30 40 40 ਮਿਲੀਅਨ ਵਾਲੇ ਸਬਸਕ੍ਰਾਈਬਰ ਨਾਲ ਵੀ ਇਦਾਂ ਕਈ ਵਾਰ ਹੋ ਚੁੱਕਾ ਹੈ। ਅਸ਼ੀਸ਼ ਤੰਚਲਾਨੀ ਨਾਲ ਤਾਂ ਦੋਸਤੋ ਇਸ ਦੀ ਲਾਸਟ ਵੀਡੀਓ ਨਾਲ ਹੀ ਹੋ ਕੇ ਹਟ ਤੇ ਆਪਣੀ ਕਾਰਗੁਜ਼ਾਰੀ ਕਰ ਦਿੱਤੀ ਸੀ ਸੋ ਦੋਸਤੋ ਏਡੀ ਕੋਈ ਵੱਡੀ ਗੱਲ ਨਹੀਂ ਬਾਕੀ ਫੈਨਾਂ ਦਾ ਪਿਆਰ ਵੀ ਸਭ ਨੂੰ ਸਾਫ਼ ਦਿਖਾਈ ਦੇ ਹੀ ਰਿਹਾ ਹੈ 20 ਘੰਟਿਆਂ ਵਿੱਚ ਲਗਭਗ ਦੋਸਤੋ 6 ਮਿਲੀਅਨ ਤੋਂ ਜ਼ਿਆਦਾ ਵਿਊਜ਼ ਆ ਗਏ ਹਨ 4.5 ਲੱਖ ਲਾਈਕਸ ਆ ਗਏ ਹਨ ਸਪੋਟੀਫਾਈ ਤੇ ਜਿਸ ਤੇ ਕਿ ਦੋਸਤੋ ਆਪਾਂ ਅਹਿਮ ਧਿਆਨ ਦੇ ਰਹੇ ਹਾਂ ਸਿੱਧੂ ਮੂਸੇਵਾਲੇ ਦੇ ਫੈਨ ਦੋਸਤੋ ਉਸ ਤੇ ਟਾਰਗੇਟ ਰੱਖਿਆ ਹੋਇਆ ਹੈ 2 ਲੱਖ ਤੋਂ 4 ਲੱਖ ਸਟ੍ਰੀਮਸ ਦਾ ਹਾਲਾਂਕਿ ਦੋਸਤੋ ਇਨੀ ਛੇਤੀ ਅਪਡੇਟਡ ਦਾ ਉਹ ਨਹੀਂ ਹੋਵੇਗਾ ਪਰ ਹਾਂ ਸਪੋਟੀਫਾਈ ਤੇ ਪੰਜਾਬੀ 뮤직 ਵਿੱਚੋਂ ਨੰਬਰ 1 ਤੇ ਸਿੱਧੂ ਮੂਸੇਵਾਲੇ ਦਾ ਕਹਿਲਾ ਗਾਣਾ ਵੀ ਰਾਜਮਾਨ ਹੈ ਸੋ ਦੋਸਤੋ ਇਹਨਾਂ ਸਾਰੀਆਂ ਹੀ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਗਾਣੇ ਨੂੰ ਕੀ ਰਿਸਪੌਂਸ ਮਿਲਿਆ ਤੇ ਕਿੰਨੀ ਕੁ ਤੱਕ ਪਾਈ ਹੈ ਟ੍ਰੈਂਡਿੰਗ ਲਿਸਟ ਇਹ ਵੈਸੇ ਇਦਾਂ ਹੋ ਜਾਂਦਾ ਹੈ ਕਿ ਗਾਣੇ ਨੂੰ ਥੋੜੀ ਜਿਹੀ ਬੂਸਟ ਮਿਲ ਜਾਂਦੀ ਹੈ ਹਾਂ ਵੀ ਸ਼ੋ ਆਫ ਹੋ ਜਾਂਦਾ ਹੈ ਕਿ ਟ੍ਰੈਂਡਿੰਗ ਲਿਸਟ ਵਿੱਚ ਬਰਾਜਮਾਨ ਹੈ ਇਦਾਂ ਵੀ 24 ਘੰਟਿਆਂ ਵਿੱਚ ਸਭ ਤੋਂ ਜ਼ਿਆਦਾ ਵੀਡੀਓ ਦੇਖੇਗੀ ਇਦਾਂ ਦੋਸਤੋ ਹੋ ਜਾਂਦਾ ਹੈ ਪਰ ਸਿੱਧੂ ਦੇ ਫੈਨਾਂ ਦਾ ਉਹਨਾਂ ਪ੍ਰਤੀ ਪਿਆਰ ਸਪੋਟੀਫਾਈ ਤੇ ਦੋਸਤੋ ਐਪਲ ਟਿਊਨਸ ਤੇ ਵੀ ਆਪਾਂ ਜਾ ਕੇ ਦੇਖ ਸਕਦੇ ਹਾਂ ਉੱਥੇ ਟ੍ਰੈਂਡਿੰਗ ਲਿਸਟ ਵਿੱਚ ਇਹ ਗਾਣੇ ਵਿਰਾਜਮਾਨ ਨੇ ਤੇ ਦੋਸਤੋ ਦੂਸਰੀ ਇਸ ਗਾਣੇ ਬਾਰੇ ਬੜੀ ਹੀ ਅਹਿਮ ਗੱਲ ਕੁਝ ਕੁ ਲੋਕਾਂ ਨਾਲ ਵੀ ਜੋੜ ਕੇ ਦਿਖਾਇਆ ਜਾ ਰਿਹਾ ਸੀ ਕਿ ਹਾਂ ਇਸ ਵੀ ਗਾਣੇ ਵਿੱਚ ਇਹਨਾਂ ਨੂੰ ਟਾਰਗੇਟ ਕੀਤਾ ਹੈ ਟ੍ਰੇਲਰ ਵੇਲੇ ਹੀ ਦੋਸਤੋ ਬਹੁਤ ਜ਼ਿਆਦਾ ਚਰਚਾ ਹੋ ਗਈ ਸੀ ਜਦੋਂ ਆ ਗਿਆ ਬਾਬੇ ਕਰਨ ਔਜਲੇ ਨਾਲ ਜੋੜ ਕੇ ਦਿਖਾਇਆ ਗਿਆ ਸੀ ਚਲੋ ਦੋਸਤੋ ਜੋ ਕੋਈ ਵੀ ਆ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਬੇਸ਼ੱਕ ਇੱਕ ਦੂਜੇ ਨੂੰ ਰਿਪਲਾਈ ਦੇਈ ਜਾਣ ਕਈ ਵਾਰ ਦੋਸਤੋ ਨਹੀਂ ਵੀ ਹੁੰਦੇ ਸੋਸ਼ਲ ਮੀਡੀਆ ਤੇ ਇਦਾਂ ਦਿਖਾ ਦਿੱਤਾ ਜਾਂਦਾ ਹੈ ਪਰ ਐਲਬਮ ਦਾ ਦੋਸਤੋ ਮੁਕਾਬਲਾ ਆਪਾਂ ਮੈਨ ਦੇਖ ਸਕਦੇ ਹਾਂ ਸਪੋਟੀਫਾਈ ਤੇ ਬਿਲਬੋਰਡ ਚਾੜ ਤੇ ਸਿੱਧੂ ਮੂਸੇਵਾਲਾ ਦੀ ਜਿਨ੍ਹਾਂ ਨੇ ਵੀ ਦੋਸਤੋ ਸਿੱਧੂ ਦੀ ਐਲਬਮ ਸੁਣੀ ਹੈ ਉਹਨਾਂ ਨੇ 295 295 ਐਸ ਦਾ ਹੀ ਜ਼ਿਕਰ ਕੀਤਾ ਹੈ ਸੋ ਦੋਸਤੋ ਉਹ ਗਾਣਾ ਫਾਈਨਲੀ ਆ ਰਿਹਾ ਹੈ ਸੁਖ ਸਿੰਘੜਾ ਭਰਾ ਪ੍ਰੇਮ ਟਲੋ ਕਿਸਮਤ ਫਿਲਮ ਦਾ ਡਾਇਰੈਕਟਰ ਸਾਹਿਬ ਐਮੀ ਵਿਰਕ ਮਤਲਬ ਜਿਨ੍ਹਾਂ ਨੇ ਵੀ ਦੋਸਤੋ ਇਹ ਗਾਣਾ ਸੁਣ ਲਿਆ ਹੈ ਸਾਰਿਆਂ ਨੇ 295 ਹੀ ਆਪਣਾ ਫੇਵਰਟ ਪਾਰਟ ਆਪਣਾ ਫੇਵਰਟ ਗਾਣਾ ਦੱਸਿਆ ਹੈ ਸੋ ਹਾਈਪ ਤਾਂ ਦੋਸਤੋ ਇਸ ਦੀ ਬਹੁਤ ਹੀ ਜ਼ਿਆਦਾ ਹੈ ਪੂਰੀ ਐਲਬਮ ਜਿੰਨੀ ਇਸ ਕੱਲੇ ਗਾਣੇ ਨੇ ਹਾਈਪ ਕੀਤੀ ਹੋਈ ਹੈ ਪਰ ਕੀ ਫੈਨਾਂ ਨੂੰ ਦੋਸਤੋ ਇਹ ਗਾਣਾ ਪਸੰਦ ਆਵੇਗਾ ਜਿਨ੍ਹਾਂ ਨੇ ਦੋਸਤੋ ਗਾਣਾ ਸੁਣ ਲਿਆ ਉਹਨਾਂ ਨੂੰ ਤਾਂ ਪਸੰਦ ਆ ਗਿਆ ਤੇ ਉਮੀਦ ਹੈ ਕਿ ਇਹ ਗਾਣਾ ਓ ਰਿਕਾਰਡ ਤੋੜੇਗਾ ਉਹ ਚੀਜ਼ਾਂ ਕਰੇਗਾ ਜਿਹੜੀਆਂ ਕਿ ਹਲੇ ਤੱਕ ਪੰਜਾਬੀ 뮤직 ਇੰਡਸਟਰੀ ਵਿੱਚ ਹੋਈਆਂ ਹੀ ਨਹੀਂ 295 ਇਹ ਦੋਸਤੋ ਕੱਲਾ Song ਹੀ ਨਹੀਂ ਰਿਐਲਿਟੀ ਵੀ ਦੱਸੂ ਸਿੱਧੂ ਮੂਸੇਵਾਲੇ ਦੀ ਮੀਨਿੰਗ ਤਾਂ ਦੋਸਤੋ ਇਸ ਦੇ ਕਾਫੀ ਨਿਕਲਦੇ ਹਨ 295 ਇੱਕ ਰਫਲ ਵੀ ਹੈ 295 ਇੱਕ ਜੋ ਚਾਰਜ ਲਗਾਏ ਜਾਂਦੇ ਹਨ ਆਰਟੀਕਲ ਦੇ ਤਹਿਤ ਧਾਰਾ ਲਗਾਈ ਜਾਂਦੀ ਹੈ ਉਹ ਵੀ ਹੈ ਤੇ ਹੋਰ ਵੀ ਦੋਸਤੋ ਕਈ ਗੱਲਾਂ ਇਸ ਨਾਲ ਜੁੜੀਆਂ ਹੋਈਆਂ ਹਨ ਪਰ ਸਿੱਧੂ ਨੇ ਕਿਸ ਤਰ੍ਹਾਂ ਤੇ ਵਰਤਿਆ ਹੈ ਇਹ ਦੋਸਤੋ ਆਪ ਨੂੰ ਅਗਲੇ ਗਾਣੇ ਵਿੱਚ ਹੀ ਪਤਾ ਲੱਗੇਗਾ ਤੇ ਦੋਸਤੋ ਤਿਆਰ ਰਹੀਏ ਇਸ ਗਾਣੇ ਲਈ ਵੀ ਬਹੁਤ ਜ਼ਿਆਦਾ ਵੇਟ ਕੀਤੀ ਹੈ ਫੈਨਾ ਨੇ ਇਸ ਗਾਣੇ ਲਈ ਫਾਈਨਲੀ ਦੋਸਤੋ ਦੋ ਤਿੰਨ ਦਿਨਾਂ ਵਿੱਚ ਉਹ ਗਾਣਾ ਵੀ ਰਿਲੀਜ਼ ਹੋ ਜਾਵੇਗਾ ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਰਨ ਔਜਲੇ ਦਾ ਗਾਣਾ ਦੋਸਤੋ ਟ੍ਰੈਂਡਿੰਗ ਲਿਸਟ ਵਿੱਚ ਵੀ ਵਿਰਾਜਮਾਨ ਹੈ ਕਈ ਰਿਕਾਰਡ ਵੀ ਤੋੜ ਰਿਹਾ ਹੈ ਇਸ ਦਾ ਵੀ ਦੋਸਤੋ ਐਲਬਮ ਦਾ ਪਹਿਲਾ ਗਾਣਾ ਟ੍ਰੈਂਡਿੰਗ ਲਿਸਟ ਵਿੱਚ ਸ਼ਾਮਲ ਹੈ ਪਰ ਜੋ ਅਗਲੇ ਗਾਣੇ ਆ ਰਹੇ ਹਨ ਉਹਨਾਂ ਨੂੰ ਲੈ ਕੇ ਸ਼ੂਸ਼ੀਨ ਮੀਡੀਆ ਤੇ ਕੁਝ ਕੁ ਵਿਵਾਦ ਵੀ ਛੜੇ ਹੋਏ ਹਨ ਤੇ ਇਹ ਸ਼ਾਇਦ ਆਪਣੀ ਇੰਟਰਵਿਊ ਵਿੱਚ ਇਹ ਵੀ ਕਹਿ ਰਿਹਾ ਹੈ ਕਿ ਅਗਲੀ ਮੇਰੀ ਪੂਰੀ ਦੀ ਪੂਰੀ ਐਲਬਮ 1 ਮਹੀਨੇ ਬਾਅਦ ਰਿਲੀਜ਼ ਹੋਵੇਗੀ ਸੋ ਦ ਸਿੱਧੂ ਦੀ ਐਲਬਮ ਦਾ ਕੰਪਲੀਟ ਹੋ ਹੀ ਜਾਵੇਗੀ ਇਹਦਾ ਦੋਸਤੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਨਫਰਮੇਸ਼ਨ ਤਾਂ ਦੋਸਤੋ ਨਹੀਂ ਦੇ ਸਕਦੇ ਪਰ ਪੌਡਕਾਸਟ ਇਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੋਈ ਹੈ ਜਿਸ ਵਿੱਚ ਕਰਨ ਔਜਲਾ ਇਹ ਖੁਦ ਹੀ ਕਹਿ ਰਿਹਾ ਹੈ ਕਿ ਅਗਸਤ ਮਹੀਨੇ ਵਿੱਚ ਮੇਰੀ ਐਲਬਮ ਦਾ ਸੈਕੰਡ Song ਤੇ ਪੂਰੀ ਦੀ ਪੂਰੀ ਐਲਬਮ ਉਹ ਰਿਲੀਜ਼ ਹੋ ਜਾਵੇਗੀ ਤੇ ਦੋਸਤੋ ਕੁਝ ਕੁ ਪੋਸਟ ਨਾ ਵੀ ਪਾ ਰਿਹਾ ਹੈ ਕੱਲ ਵਾਲੀ ਪੋਸਟ ਨੂੰ ਕੁਝ ਕੁ ਪ੍ਰਿੰਟ ਲੋ ਜਾਂ ਸਿੱਧੂ ਮੂਸੇਵਾਲਾ ਇਹਨਾਂ ਨਾਲ ਵੀ ਜੋੜ ਕੇ ਦਿਖਾ ਦਿੱਤਾ ਵੀ ਕੌਣ ਗੱਟਫੜੂ ਹਾਸੇ ਵਾਲੇ ਈਮੋ ਦੀ ਵਰਤ ਰਿਹਾ ਸੀ ਤੇ ਅੱਜ ਪੋਸਟ ਪਾਈ ਹੈ ਸਬਰ singing entertainment ਕਰਨ ਦਾ ਵੇਬ ਅਲੱਗ-ਅਲੱਗ ਹੈ ਥੋੜਾ ਪਰ ਹਾਂ ਮੁਕਾਬਲਾ ਜ਼ਰੂਰ ਹੋ ਰਿਹਾ ਹੈ ਪਰ ਦੋਸਤੋ ਆਪਾਂ YouTube ਨੂੰ ਲੈ ਕੇ views ਨੂੰ ਲੈ ਕੇ trending list ਨੂੰ ਲੈ ਕੇ ਜਾਂ Spotify ਤੇ ਲੈ ਕੇ ਕੀ ਕਹਿੰਦਾ ਗਾਣਾ ਪਹਿਲੇ ਤੇ ਹੈ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਬਜਾਏ ਅਸੀਂ ਮੁਕਾਬਲਾ ਕਰਨਾ ਚਾਹਾਂਗੇ ਬਿਲਬੋਰਡ ਤਹਿਤ ਵੀ ਕਿਸ ਦੀ ਐਲਬਮ ਬਿਲਬੋਰਡ ਚਾਰਟ ਤੇ ਗਈ ਕਿਉਂਕਿ ਦੋਸਤੋ ਬਿਲਬੋਰਡ ਚਾਰਟ ਇੱਕ ਅਜੀਹਾ ਚਾਰਟ ਹੈ ਜਿਸ ਦੇ ਵੀ ਕਿਸੇ ਪ੍ਰਕਾਰ ਦਾ ਫੇਕ views ਵਾਲਾ ਕਹਿ ਲੋ ਜਾਂ पेड ਪ੍ਰਮੋਸ਼ਨ ਵਾਲਾ ਕਹਿ ਲੋ ਉਹ ਕੋਈ ਵੀ ਚੀਜ਼ ਇਸ ਤੇ ਟ੍ਰੈਂਡ ਕਰਦੀ ਹੀ ਨਹੀਂ ਕੋਈ ਵੀ ਅਵਾਰਡ ਉਹਨਾਂ ਨੂੰ ਮਿਲ ਹੀ ਨਹੀਂ ਸਕਦਾ ਦੇਸ ਕਰਕੇ ਹੀ ਦੋਸਤੋ ਬਿਲਬੋਰਡ ਚਾਰਟ ਵਾਲੇ ਸਪੋਟੀਫਾਈ ਸਟ੍ਰੀਮਸ ਆਈ ਟਿਊਨ ਐਪਲ ਆਈ ਟਿਊਨ ਇਹਨਾਂ ਦੀਆਂ ਸਟ੍ਰੀਮਸ ਲੈਂਦੇ ਹਨ ਨਾ ਕਿ YouTube ਦੀਆਂ YouTube ਤੇ ਉਹਨਾਂ ਨੂੰ ਪਤਾ ਹੈ ਕਿ ਪੇਡ ਪ੍ਰਮੋਸ਼ਨ ਹੋ ਜਾਂਦੀ ਹੈ ਫੇਕ ਵਿਊਜ਼ ਕੁਝ ਵੀ ਹੋ ਸਕਦਾ ਹੈ ਸਿੱਧੂ ਮੂਸੇਵਾਲੇ ਦੀ ਪਹਿਲੀ ਐਲਬਮ PBX1 ਉਹ ਟ੍ਰੈਂਡ ਕਰ ਗਈ ਸੀ ਕਰਨ ਔਜਲਾ ਦੀ ਦੋਸਤੋ ਇਹ ਐਲਬਮ ਪਹਿਲੀ ਹੈ ਤੇ ਫੈਨ ਤਾਂ ਉਸਦੇ ਇਦਾਂ ਹੀ ਉਮੀਦ ਲਗਾ ਰਹੇ ਹਨ ਕਿ ਹਾਂ ਬਿਲਬੋਰਡ ਚਾਰਟ ਤੇ ਟ੍ਰੈਂਡ ਹੋ ਜਾਵੇਗੀ ਤੇ ਦੇਖਦੇ ਹਾਂ ਫਿਰ ਦੋਸਤੋ ਅੱਗੇ ਫਿਊਚਰ ਵਿੱਚ ਕੀ ਹੁੰਦਾ ਹੈ ਤੇ ਸਿੱਧੂ ਦੀ ਐਲਬਮ ਬਾਰੇ ਦੋਸਤੋ ਇੱਕ ਖਾਸ ਗੱਲ ਇਹ ਵੀ ਹੈ ਕਿ 50 ਮਿਲੀਅਨ ਤੋਂ ਜ਼ ਐਲਬਮ ਦੇ ਜਿੰਨੇ ਵੀ ਗਾਣੇ ਆਏ ਹਨ ਤੇ ਦੋਸਤੋ ਜਿਹੜੇ ਗਾਣੇ ਹੁਣ ਰਹਿੰਦੇ ਹਨ 295 ਜੱਟਪੂਰਾ ਕੈਮ ਗੋਟ ਪਾਵਰ ਇਹਨਾਂ ਨੇ ਕੁਝ ਅਲੱਗ ਹੀ ਹਾਈਪ ਕੀਤੀ ਹੋਈ ਹੈ ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹਾਂਗੇ ਦਲਜੀਤ ਦੋਸਾਨ ਪ੍ਰਾ ਦਾ ਹਾਲੀਵੁੱਡ ਦੇ ਦੋਸਤੋ ਉਹ ਵੀ ਆਰ ਟੈਸਟਾਂ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਹੁਣ ਇਹ ਇਹਨਾਂ ਦਾ ਮਿਊਜ਼ਿਕ ਰਿਹਾ ਹੈ ਜਾਂ ਕੋਈ ਹੋਰ ਕਲੈਬੋਰੇਸ਼ਨ ਹੈ ਇਹ ਗੱਲ ਦੋਸਤੋ ਹਲੇ ਪੂਰੀ ਤਰ੍ਹਾਂ ਸਾਹਮਣੇ ਤਾਂ ਨਹੀਂ ਆਈ ਤੁਸੀਂ ਪੋਸਟਾਂ ਵਿੱਚ ਦੇਖ ਹੀ ਸਕਦੇ ਹੋ 12 ਮਿਲੀਅਨ ਫਾਲੋਅਰਸ ਵਾਲਾ ਹਾਲੀਵੁੱਡ ਸਟਾਰ ਉਸ ਨਾਲ ਦਲਜੀਤ ਪ੍ਰਾ ਦਿਖਾਈ ਦੇ ਰਿਹਾ ਹੈ ਇਸ ਦੀ ਐ ਦਾ ਚਰਚਾ ਹੈ ਰਿਲੀਜ਼ਿੰਗ ਡੇਟ ਅਗਲੇ ਹਫਤੇ ਦੱਸਣ ਵਾਲਾ ਹੈ ਤੇ ਦੋਸਤੋ ਇਸੇ ਦੇ ਨਾਲ ਹੀ ਰਣਜੀਤ ਬਾਬਾ ਭਰਾ ਉਸਨੇ ਅੱਜ ਆਪਣੀ ਜੋ ਐਲਬਮ ਦਾ ਟਾਈਟਲ ਟਰੈਕ ਹੈ ਉਸ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ ਪਿਛਲੇ ਹਫਤੇ ਹੀ ਦੋਸਤੋ ਰਣਜੀਤ ਬਾਬਾ ਭਰਾ ਨੇ ਦੱਸ ਦਿੱਤਾ ਸੀ ਕਿ ਮੇਰੀ ਐਲਬਮ ਦਾ ਪਹਿਲਾ ਗਾਣਾ ਪਹਿਲਾ ਟੀਜ਼ਰ ਜਾਂ ਕੋਈ ਟੀਜ਼ਰ ਟ੍ਰੇਲਰ ਜੋ ਕੋਈ ਵੀ ਐਲਬਮ ਬਾਰੇ ਲਾਊਡ ਉਸਦਾ ਨਾਮ ਹੈ ਉਹ ਰਿਲੀਜ਼ ਹੋ ਚੁੱਕਾ ਹੈ ਆਫੀਸ਼ੀਅਲ ਡੇਟ ਵੀ ਦੱਸ ਦੇਵੇਗਾ ਟਾਈਮਿੰਗ ਵੀ ਦੱਸ ਦੇਵੇਗਾ ਤੇ ਕਿਹਾ ਤਾਂ ਹੈ ਦੋਸਤੋ ਪ੍ਰੋਮਿਸ ਕੀਤਾ ਹੈ ਭਰਾ ਨੇ ਕਿ ਐਲਬਮ ਵਿੱਚ ਸਾਰੇ ਗਾਣੇ ਹੀ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਇਹ ਮੇਰਾ ਦਾਵਾ ਹੈ ਰਣਜੀਤ ਬਾਬਾ ਭਰਾ ਦੋਸਤੋ ਇਹ ਗੱਲ ਕਹਿ ਚੁੱਕਾ ਹੈ ਤੇ ਦੋਸਤੋ ਰਹੀ ਗੱਲ ਕੋਰ ਵਾਲੇ ਮਾਨ ਦੀ ਉਹ ਪਹਿਲਾਂ ਸਿੱਧੂ ਮੂਸੇਵਾਲਾ ਦਾ ਕੈਲਾਬੂਸ ਗਾਣਾ ਸੁਣਦਾ ਦਿਖਾਈ ਦਿੱਤਾ ਤੇ ਸਪੈਸ਼ਲ ਸਿੱਧੂ ਨੂੰ ਅਟੈਕ ਕਰਦੇ ਹੋਏ ਇਹ ਗੱਲ ਵੀ ਕਹੀ ਕਿ ਹਾਂ ਹੁਣ ਕਰ ਗੱਲ ਬਾਕੀ ਦੋਸਤੋ ਇੱਕੋ ਇਲਾਕੇ ਦੇ ਹੋਣ ਕਰਕੇ ਇਹਨਾਂ ਦੀ ਚਰਚਾ ਰਹਿੰਦੀ ਵੀ ਹੈ ਤੇ ਦੋਸਤੋ ਇਸ ਤੋਂ ਇਲਾਵਾ ਇਸ ਨੇ ਆਰਨਿਤ ਤੇ ਗੁੱਗੂ ਗੱਲਜੀ ਨਾਲ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਜਿਸ ਨੂੰ ਸ਼ੇਅਰ ਕਰਦੇ ਹੋਏ ਇਸ ਨੇ ਇਹ ਲਿਖਿਆ ਜਿੱਥੇ ਮਨ ਮਿਲੇ ਅਸੀਂ ਬੈਠ ਜਾਈਦਾ ਉਂਝ ਕਿਸੇ ਕੋਲੋਂ ਅਸੀਂ ਖੜੇ ਨਹੀਂ ਕਦੇ ਪਹਿਲਾਂ ਦੋਸਤੋ ਸਿੱਧੂ ਤੇ ਐਮੀ ਨੇ ਤੇ ਕੋਰਲਾ ਮਾਨ ਉਹਨਾਂ ਨੂੰ ਸਪੈਸ਼ਲ ਮਿਲ ਨਹੀਂ ਗਏ ਤੇ ਦੇਖਦੇ ਆਂ ਫਿਰ ਦੋਸਤੋ ਅੱਗੇ ਹੋਰ ਕੀ ਬਣਦਾ जोडਦਾ ਤੇ ਦੋਸਤੋ ਇੱਕ ਹੋਰ ਗੱਲ ਤੁਹਾਨੂੰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕੱਲ ਸਿੱਧੂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਇੱਕ ਫੈਨ ਦੀ ਹੀ ਜਿਸ ਵਿੱਚ ਉਸਨੇ ਕਹਿਲਾਬੂਸ ਗਾਣੇ ਨੂੰ ਸ਼ੇਅਰ ਕਰਦੇ ਹੋਏ ਇਹ ਲਿਖਿਆ ਸੀ ਸਟੇਜ ਦੇ ਪਿੱਛੇ ਖੜਾ ਜਿਹੜਾ ਵਾਰੀ ਡੀਕਦਾ ਕੌਣ ਜਾਣਦਾ ਸੀ ਸਾਡੇ ਪਿੱਛੇ ਦੌਰ ਖੜਿਆ ਗਾ ਲਿਆ ਜਿੰਨਾ ਗਾਉਣਾ ਸੀ ਤੁਸੀਂ ਰੱਜ ਰੱਜ ਕੇ ਚੱਲਣੋਂ ਹਟਾਦੇ ਜਦੋਂ ਦਾ ਮਾਈਕ ਫੜਿਆ ਇਹ ਪੋਸਟ ਵੀ ਦੋਸਤੋ ਹੁਣ ਕੁਝ ਇੱਕ ਆਰਟਿਸਟਾਂ ਨਾਲ ਜੋੜ ਦਿੱਤੀ ਗਈ ਹੈ ਤੇ ਦੋਸਤੋ ਤੁਸੀਂ ਇਸ ਬਾਰੇ ਆਪਣੇ ਵਿਚਾਰ ਕਮੈਂ ਦੇਸਤੂ ਦਿਕਰ ਤੁਸੀਂ ਵੀ ਆਪਣੀ ਕੋਈ ਵੀਡੀਓ ਜਾਂ ਨਿਊ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰਾਮ ਅਕਾਊਂਟ ਤੇ ਪੇਸ ਕਰ ਸਕਦੇ ਹੋ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ